ਜਸਪਾਲ ਖਹਿਰਾ ਨੇ ਬਠਿੰਡਾ 'ਚ ਆਪਣੀ ਨਵੀਂ ਬਣਾਈ ਪਾਰਟੀ ਦੇ ਦਫ਼ਤਰ ਦਾ ਕੀਤਾ ਉਦਘਾਟਨ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਖਿਲਾਫ਼ MP ਇਲੈਕਸ਼ਨ ਲੜਨ ਦੇ ਦਿੱਤੇ ਸੰਕੇਤ। ਭਾਰਤ ਸਰਕਾਰ ਦਾ ਸਿੱਖਾਂ ਨੂੰ ਵੱਡਾ ਤੋਹਫ਼ਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ PM ਮੋਦੀ ਨੇ ਜਾਰੀ ਕੀਤੇ 350 ਰੁਪਏ ਦੇ ਸਿੱਕੇ। ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਅਧਿਆਪਕਾਂ ਦੀ ਹੋਈ ਪੁਲਿਸ ਨਾਲ ਝੜਪ, ਹੱਕੀ ਮੰਗਾਂ ਨੂੰ ਲੈ ਕੇ ਅਧਿਆਪਕਾਂ ਦਾ ਪਟਿਆਲਾ 'ਚ ਪ੍ਰਦਰਸ਼ਨ ਜਾਰੀ। ਜਲੰਧਰ ਅੰਮ੍ਰਿਤਸਰ ਰੋਡ 'ਤੇ ਵਾਪਰਿਆ ਵੱਡਾ ਹਾਦਸਾ, ਸ਼ਰਾਬ ਬਣਾਉਣ ਵਾਲੇ ਸ਼ੀਰੇ ਨਾਲ ਭਰਿਆ ਟੈਂਕਰ ਫਟਿਆ, ਲੋਕਾਂ ਨੇ ਸ਼ੀਰੇ ਦੇ ਕੈਨ ਭਰ ਭਰ ਘਰਾਂ ਨੂੰ ਢੋਹੇ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਅਲੱਗ ਹੀ ਅੰਦਾਜ਼ 'ਚ ਪੰਜਾਬ ਸਰਕਾਰ ਤੋਂ ਮੰਗੀ ਲੋਹੜੀ, ਕਵਿਤਾ ਰਾਹੀਂ ਸਕੂਲਾਂ ਦੀਆਂ ਮੁਸ਼ਕਲਾਂ ਦਾ ਹੱਲ ਦੀ ਕੀਤੀ ਅਪੀਲ।